ਹਲਕਾ ਡੇਰਾ ਬਾਬਾ ਨਾਨਕ ਅੰਦਰ ਚੱਲ ਰਹੇ ਵਿਕਾਸ ਕਾਰਜਾਂ 'ਚ ਤੇਜ਼ੀ ਲਿਆਉਣ ਦੇ ਲਈ ਮੀਟਿੰਗ ਕੀਤੀ ਗਈ। ਇਸ ਮੌਕੇ 'ਤੇ ਵੱਖ ਵੱਖ ਵਿਕਾਸ ਕਾਰਜਾਂ ਦੀ ਗੱਲਬਾਤ ਕੀਤੀ ਗਈ। ਇਸ ਮੌਕੇ 'ਤੇ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਹਲਕੇ ਨੂੰ ਆਲੀਸ਼ਾਨ ਬਣਾਉਣ ਦੇ ਲਈ ਕੈਬਨਿਟ ਮੰਤਰੀ ਰੰਧਾਵਾ ਯਤਨਸ਼ੀਲ ਹਨ। ਗ੍ਰਾਂਟਾਂ ਦੇ ਖੁੱਲ੍ਹੇ ਗੱਫੇ ਦੇ ਕੇ ਇਸ ਹਲਕੇ ਨੂੰ ਨੰਬਰ 1 ਬਣਾਇਆ ਜਾ ਰਿਹਾ ਹੈ। ਅੱਜ ਦੀ ਮੀਟਿੰਗ ਦਾ ਸਾਡਾ ਮੇਨ ਜਿਹੜਾ ਏਜੰਡਾ ਸੀਗਾ ਜੀ, ਸੈਨੀਟੇਸ਼ਨ ਵਿਭਾਗ ਦੇ ਸਾਡੇ ਐਕਸੀਅਲ ਸਾਹਿਬ, SDO ਸਾਹਿਬ, ਬਾਕੀ ਪਤਵੰਤੇ ਸੰਸਦ ਚੇਅਰਮੈਨ ਸਾਹਿਬ ਨੇ, ਮੰਡੀਕਰਨ ਬੋਰਡ ਸਰਦਾਰ ਦੀਪ ਸਿੰਘ ਜੀ, ਬਾਜਵਾ ਸਾਹਿਬ ਸੰਗਤੀ ਦਾ ਜੀ ਚੇਅਰਮੈਨ ਸਾਹਿਬ, ਅਤੇ ਸਾਰੇ ਸਰਪੰਚ ਸਾਹਿਬ ਦਾ ਜਿਹੜਾ ਮੈਂ ਇਕੱਠ ਬੁਲਾਇਆ ਸੀਗਾ। ਇਹ ਸਾਡੇ ਜੀ ਸਵਿਸ ਭਾਰਤ ਦੇ ਥਾਪਰ ਮਾਡਲ ਦੇ ਪੇਮੈਂਟ ਜਿਹੜੀਆਂ ਸਰਕਾਰ ਨੇ ਪਾਈਆਂ ਜੀ, ਉਹਨਾਂ ਦੇ ਵਿੱਚ ਤੇਜ਼ੀ ਲਿਆਉਣ ਲਈ ਜੀ ਇਹ ਜਿਹੜੀ ਮੈਂ ਮੀਟਿੰਗ ਰੱਖੀ ਸੀਗੀ। ਇਹ ਮੌਕੇ ਦੇ ਉੱਤੇ ਸਾਰੇ ਮਤੇ ਵੀ ਪੈਣ ਜੀ, ਅਤੇ ਮੌਕੇ 'ਤੇ ਹੀ ਚੈੱਕ ਜਿਹੜੇ ਉਹ ਦਿੱਤੇ ਜਾਣ ਤਾਂ ਕਿ ਜਿਹੜੀ ਪੈਸਾ ਗੌਰਮੈਂਟ ਨੇ ਦਿੱਤਾ ਇਹ ਟਾਈਮ ਸਿਰ ਖਰਚਿਆ ਜਾਵੇ ਜੀ। ਨੇਪਰੇ ਜਿਹੜੇ 60-70 ਪਿੰਡਾਂ ਦੇ ਚੱਲ ਰਹੇ ਆ ਜੀ, ਉਹਦੇ ਵਿੱਚ ਕੋਈ 25-26 ਜਿਹੜੇ ਉਹ ਸਾਡੇ ਕੰਪਲੀਟ ਹੋ ਚੁੱਕੇ ਆ ਜੀ। ਹਾਂਜੀ, ਇਹ ਜੀ ਮੈਂ ਤਾਂ ਜਿਸ ਤਰੀਕੇ ਨਾਲ ਅੱਜ ਤੇਜ਼ੀ ਲਿਆਉਣ ਲਈ ਕੀਤਾ ਸਾਰਾ ਕੰਮ ਜੀ, ਮੈਂ ਤਾਂ ਇਹਨੂੰ ਇੱਕ ਹਫ਼ਤੇ ਦੇ ਵਿੱਚ ਮੈਂ ਕੰਪਲੀਟ ਕਰਾ ਦੇਣਾ ਜੀ ਸਾਰੇ, ਬਹੁਤ ਸਪੀਡ ਚੱਲ ਰਿਹਾ ਮੇਰਾ ਕੰਮ ਜੀ। ਹਾਂਜੀ, ਰੰਧਾਵਾ ਸਾਹਿਬ ਦੀ ਰਹਿਨਮਾਈ ਹੇਠ ਉਹਨਾਂ ਦੇ ਹੁਕਮ ਅਨੁਸਾਰ ਸੈਨੀਟੇਸ਼ਨ ਵਿਭਾਗ ਦੇ ਜਿਹੜੇ ਛੱਪੜਾਂ ਵਾਸਤੇ ਪੇਮੈਂਟ ਆਈ ਸੀਗੀ ਉਹਨੂੰ ਜਲਦੀ ਤੋਂ ਜਲਦੀ ਖਰਚ ਕਰਨ ਵਾਸਤੇ ਆਪਾਂ ਸਾਰੇ ਇਲਾਕੇ ਦੇ ਸਰਪੰਚ ਬੁਲਾਏ ਸੀਗੇ। ਉਹਨਾਂ ਨੂੰ ਇੱਕ ਹੋਰ ਆਪਾਂ ਜਿਹੜੇ ਕੰਮ ਕਰਨ ਵਾਸਤੇ ਛੱਪੜ ਤਿਆਰ ਕੀਤੇ ਆ ਉਹਨਾਂ ਦਾ ਵਿੱਚ ਵੀ ਕਰਾਵਾਂਗੇ, ਜਿਹੜੇ ਜਿੱਥੇ ਕੰਮ ਚੱਲ ਰਿਹਾ ਉਹਨਾਂ ਦਾ ਵਿੱਚ ਵੀ ਕਰਾਵਾਂਗੇ। ਅਤੇ ਬਹੁਤ ਵਧੀਆ ਰੰਧਾਵਾ ਸਾਹਿਬ ਦੀ ਅਗਵਾਈ ਵਿੱਚ ਬਹੁਤ ਵਧੀਆ ਕੰਮ ਹੋ ਰਹੇ ਆ, ਅਤੇ ਆਪਾਂ ਪੇਮੈਂਟ ਦੀ ਵੇਟ ਵਿੱਚ ਸੀ, ਪੇਮੈਂਟ ਆ ਗਈ ਛੱਪੜਾਂ ਦੀ, ਉਹ ਆਪਾਂ ਚੈੱਕ ਅੱਜ ਦਵਾ ਦੇਣੇ ਸਰਪੰਚਾਂ ਨੂੰ, ਮਤੇ ਪਾ ਰਹੇ ਨੇ, ਸਾਰਾ ਕੁਝ ਕਰਕੇ ਕੰਪਲੀਟ ਕਰਕੇ ਅਤੇ ਚੈੱਕ ਉਹਨਾਂ ਦੇ ਹੱਥ ਫੜਾਵਾਂਗੇ। ਜਿਹੜੇ ਹਫ਼ਤੇ ਦੇ ਵਿੱਚ ਜਿਹੜੇ ਲੈਣ ਦੇਣ ਨੇ, ਪਿਛਲੇ ਵੀ ਲੈਣ ਦੇਣ ਨੇ, ਜਾਂ ਅੱਗੇ ਤੋਂ ਕੋਈ ਖਰੀਦ ਫਰੋਖਤ ਕਰਨੀ ਹੈ ਕਿਸੇ ਚੀਜ਼ ਦੀ ਵੀ ਜਿਹੜਾ ਮਟੀਰੀਅਲ ਹੈਗਾ ਵਾ, ਉਹਦੇ ਵਾਸਤੇ ਇਹ ਚੈੱਕ ਆਪਾਂ ਦੇ ਰਹੇ ਹਾਂ। ਮੈਂ ਇੰਨਾ ਹੀ ਕਹਿੰਦਾ ਹੋਇਆ ਰੰਧਾਵਾ ਸਾਹਿਬ ਦਾ ਧੰਨਵਾਦ ਕਰਦਾ, ਕਿਉਂਕਿ ਜਿਹੜੇ ਸਾਡੇ ਇਲਾਕੇ ਦੇ ਵਿੱਚ ਹਲਕੇ ਦੇ ਵਿੱਚ ਇੰਨੀ ਤੇਜ਼ੀ ਨਾਲ ਕੰਮ ਹੋ ਰਹੇ ਆ ਉਹਨਾਂ ਦਾ ਰਿਜ਼ਲਟ ਸਾਨੂੰ ਵਧੀਆ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇਅ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।